ਸੋ ਇਨਸਾਨ ਦਾ ਇਨਸਾਨ ਨਾਲ ਪਿਆਰ ਹੋ ਜੇ ਤੇ ਵਿਆਹ ਹੋ ਜੇ ਇਹ ਗੱਲ ਤਾਂ ਅਸੀਂ ਮੰਨਦੇ ਆ। I'm impressed. तुम्हारे कोई टंटे नहीं है? टंटे मतलब? टंटे is like हिंदी slang for नखरे। पर जे किसे इंसान नू किसे रोबोट नाल प्यार हो जे फिर की मनिए? हाय शर्मिला, ये मुझे नाम से क्यों बुला रही है? मम्मी अमेरिका से है ना? अमेरिका से है? धीरे धीरे सब सीख। सो यही तो फिल्म एक्सप्लेन कर रही है, तेरी बातों में ऐसा उलझा दिया। शायद कपूर एक बार फिर तो लेके आए ने, फिल्म रिलीज हो चुकी है कृति सैनन दे नाल, तां बहुत सारा कह सकते हैं। थोड़ी हल्की जी कॉन्ट्रोवर्सी च भी ये फिल्म इस करके रही, क्योंकि ये विच थोड़े जे इंटीमेट सीन सीगे, कुछ पार्ट जिहड़ा उहदा 35% 25% जिहड़ा पार्ट वह कट्टिया गया सी सेंसर बोर्ड दे वल्लों, ते किते एक कुछ शब्दां नूं चेंज करन दे लई किया गया सी। खैर ये एक लव स्टोरी हैगी है जिहदे विच कृति सैनन एक रोबोट हुंदी है, पर शायद कपूर नूं इस बारे कुछ नहीं पता हुंदा कि रोबोट उस दे नाल प्यार हो जांदा है, प्यार दे चक्करां दे विच पै जांदे ने, ते फिर फैमिली नाल तां फिर मिलवाउणा बण ही जांदा, जदों प्यार हो जांदा फिर विआह तां करवाउणा ही हुंदा, तां फैमिली नूं वी इस गल दा नहीं पता हुंदा, कह दिंदा कि दित्ता जांदा कि इह बाहरों आई है कुड़ी। तां इस तरह सब कुछ चलदा जांदा तां ਇਹ ਕਹਾਣੀ ਇਹਦੇ ਇਰਦ ਗਿਰਦ ਹੁੰਦੀ ਹੈ, ਅਤੇ ਧਰਮਿੰਦਰ ਖਾਸ ਤੌਰ 'ਤੇ ਸ਼ਾਹਿਦ ਕਪੂਰ ਦੇ ਫਾਦਰ ਹੁੰਦੇ ਨੇਗੇ। ਤਾਂ ਇਹ ਫਿਲਮ ਤਾਂ ਜਿੰਨਾ ਕੁ ਅਸੀਂ ਟ੍ਰੇਲਰ ਵੇਖਿਆ ਤਾਂ ਇਹਦੇ ਵਿੱਚ ਥੋੜ੍ਹੀ ਫਿਲਮ ਫਨੀ ਲੱਗ ਰਹੀ ਹੈ, ਅਤੇ ਥੋੜ੍ਹਾ ਜਿਹਾ ਚੱਕਰਾਂ ਦੇ ਵਿੱਚ ਵੀ ਪਾਰਖ ਵੀ ਰੋਬੋਟ ਹੈ, ਰੋਬੋਟ ਕੁਛ ਵੀ ਜਿਹੜਾ ਕਰਦੇ, ਕਿਉਂਕਿ ਰੋਬੋਟ ਹੁਣ ਇਨਸਾਨਾਂ ਦੀ ਤਰ੍ਹਾਂ ਫੀਲ ਤਾਂ ਨਹੀਂ ਕਰਦੇ ਹੈਗੇ। ਅੱਜ ਕੱਲ੍ਹ ਏ ਆਈ ਦਾ ਜ਼ਮਾਨਾ ਤਾਂ ਖਾਸ ਤੌਰ 'ਤੇ, ਥੋੜ੍ਹਾ ਜਿਹਾ ਫਿਲਮ ਨੇ ਉਸ ਤਰ੍ਹਾਂ ਦਾ ਮੈਸੇਜ ਦਿੱਤਾ ਕਿ ਏ ਆਈ ਅੱਜ ਕੱਲ੍ਹ ਕੀ ਕਰ ਸਕਦੀ ਹੈਗੀ। ਤਾਂ ਦੋਸਤੋ ਇਹ ਫਿਲਮ ਰਿਲੀਜ਼ ਹੋ ਚੁੱਕੀ, ਕਿਉਂਕਿ ਹੁਣ ਤੁਹਾਨੂੰ ਪਤਾ ਹੈ ਕਿ ਰੋਮਾਂਟਿਕ ਦਿਨ ਨੇਗੇ, ਵੈਲੈਂਟਾਈਨ ਡੇ ਆ ਰਿਹਾ, ਦਿਨ ਸ਼ੁਰੂ ਹੋ ਚੁੱਕੇ ਨੇ, ਤਾਂ ਫਿਲਮ ਇਹਨਾਂ ਦਿਨਾਂ ਦੇ ਵਿੱਚ ਹੀ ਰਿਲੀਜ਼ ਹੋਈ ਹੈ, ਤਾਂ ਮੇਰੇ ਖਿਆਲ ਦੇ ਵਿੱਚ ਜਿਹੜੇ ਕਪਲਸ ਨੇ ਉਹ ਤਾਂ ਇਹ ਖਾਸ ਤੌਰ 'ਤੇ ਦੇਖਣਗੇ। ਸੋ ਫਿਲਮ ਦੀ ਪਹਿਲੇ ਦਿਨ ਰਿਲੀਜ਼ਿੰਗ ਅਤੇ ਕਲੈਕਸ਼ਨ ਹੋਈ ਹੈ ਜੀ, ਉਹਦੇ ਬਾਰੇ ਟ੍ਰੇਲਰ ਤੁਹਾਡੇ ਨਾਲ ਸਾਂਝੀ ਕਰ ਰਹੇ, ਥੋੜ੍ਹਾ ਜਿਹਾ ਰਿਵਿਊ ਵੀ ਦੇਵਾਂਗੇ ਅਤੇ ਨਾਲੇ ਤੁਹਾਨੂੰ ਡਿਟੇਲਸ ਵੀ ਦੱਸਾਂਗੇ ਬਾਕੀ ਦੀਆਂ। ਅਤੇ 6 ਕਰੋੜ ਜਿਹੜਾ ਫਿਲਮ ਪਹਿਲੇ ਦਿਨ ਆਪਣਾ ਜਦੋਂ ਓਪਨਿੰਗ 'ਤੇ ਕਮਾ ਕੇ ਗਈ ਹੈ ਜੀ, ਖਾਸ ਤੌਰ 'ਤੇ ਜੇ ਗੱਲ ਕਰੀਏ ਤਾਂ 75 ਕਰੋੜ ਰੁਪਈਆ ਇਸ ਫਿਲਮ 'ਤੇ ਬਣਾਉਣ 'ਤੇ ਲੱਗਿਆ, ਹਾਲਾਂਕਿ ਕਹਿੰਦੇ ਕਿ ਘੱਟ ਬਜਟ ਲੱਗਿਆ ਇਸ ਫਿਲਮ 'ਤੇ ਬਣਾਉਣ 'ਤੇ। ਹੁਣ ਬਣਾਉਂਦੀ ਕਿੰਨਾ, ਕਿੰਨੇ ਪੈਸੇ, ਕਿੰਨੀ ਕਲੈਕਸ਼ਨ ਕਰਦੀ ਹੈ ਉਹ ਦੇਖਣਾ ਇਹ ਬਾਕੀ ਹੈਗਾ ਕਿ ਲੋਕ ਇਹਨੂੰ ਕਿਵੇਂ ਦੇਖਦੇ ਹੈਗੇ ਆ। ਤਾਂ ਡਿਟੇਲਸ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਦੋਸਤੋ, ਵੀ ਕਿੰਨੇ ਪੈਸੇ ਹੁਣ ਤੱਕ ਕਮਾਏ ਨੇ ਆ, ਕਿੰਨਾ ਟਾਈਮ ਜਿਹੜਾ ਫਿਲਮ ਕਿੰਨੇ ਲੋਕਾਂ ਨੇ ਦੇਖੀ ਹੈਗੀ। ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਫਿਲਮ ਤੇਰੀ ਬਾਤੋਂ ਮੈਂ ਐਸਾ ਉਲਝਾ ਜੀ ਹੈ ਬਾਕਸ ਆਫਿਸ 'ਤੇ ਥੋੜ੍ਹੀ ਜਿਹੀ ਧੀਮੀ ਸ਼ੁਰੂਆਤ ਕਰ ਰਹੀ ਹੈ। ਵੈਲੈਂਟਾਈਨ ਵੀਕ ਦੇ ਵਿੱਚ ਰਿਲੀਜ਼ ਹੋਈ ਇਸ ਫਿਲਮ ਦੇ ਸ਼ੁੱਕਰਵਾਰ ਨੂੰ ਅਨੁਮਾਨ 6.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸੈਕਨੇਲਿਕ.com ਦੇ ਮੁਤਾਬਿਕ ਸ਼ੁੱਕਰਵਾਰ ਨੂੰ ਕੁੱਲ ਮਿਲਾ ਕੇ 14.92% ਹਿੰਦੀ ਐਕੂਪੈਂਸੀ ਮਿਲੀ ਹੈ। ਸਵੇਰ ਦੇ ਸ਼ੋਅ ਦੇ ਵਿੱਚ 8.8%, ਜਦਕਿ ਦੁਪਹਿਰ ਦੇ ਸ਼ੋਅ ਦੇ ਵਿੱਚ 11.89% ਓਕੂਪੈਂਸੀ ਰਹੀ ਹੈਗੀ ਹੈ। ਸ਼ਾਮ ਦੇ ਸ਼ੋਅ ਦੇ ਵਿੱਚ, ਰਾਤ ਨੂੰ ਸ਼ੋਅ ਦੇ ਵਿੱਚ ਕਹਿ ਦਈਏ ਤਾਂ 13.62% ਜਿਹੜੀ ਰਹੀ, ਔਰ 25.46% ਓਕੂਪੈਂਸੀ ਇਸ ਫਿਲਮ ਦੇ ਵਿੱਚ ਰਹੀ ਹੈ। ਫਿਲਮ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰਾਂ ਦੇ ਵਿੱਚ ਇੱਕ ਅਸੰਭਵ ਪ੍ਰੇਮ ਕਹਾਣੀ ਦੀ ਖੋਜ ਕਰਦੀ ਹੈ। ਫਿਲਮ ਦੇ ਵਿੱਚ ਸ਼ਾਹਿਦ ਕਪੂਰ ਇੱਕ ਰੋਬੋਟ ਵਿਗਿਆਨਿਕ ਦੀ ਭੂਮਿਕਾ ਨਿਭਾ ਰਹੇ ਨੇ, ਜੋ ਭਾਵਨਾਵਾਂ ਨੂੰ ਵਿਕਸਿਤ ਕਰਨਾ ਜਿਨ੍ਹਾਂ ਨੇ। ਤਾਂ ਕ੍ਰਿਤੀ ਸੈਨਨ ਦੇ ਕਰੈਕਟਰ ਸਿਫਰਾ ਦੇ ਨਾਲ ਵਿਆਹ ਕਰਦਾ, ਜੋ ਕਿ ਇੱਕ ਬਹੁਤ ਹੀ ਕਹਿ ਸਕਦੇ ਹਾਂ ਕਿ ਬੁੱਧੀਮਾਨ ਮਹਿਲਾ ਰੋਬੋਟ ਹੈ, ਬਹੁਤ ਇੰਟੈਲੀਜੈਂਟ ਹੁੰਦੀ ਹੈਗੀ ਉਹ। ਤਾਂ ਤੇਰੀ ਬਾਤੋਂ ਮੈਂ ਐਸਾ ਉਲਝਾ ਜੀ ਆ ਅਮਿਤ ਜੋਸ਼ੀ ਅਤੇ ਅਰਾਧਨਾ ਸਾਹ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਹੈ। ਦਿਨੇਸ਼ ਵਿਜਨ, ਜੋਤੀ ਦੇਸ਼ ਪਾਂਡੇ ਅਤੇ ਲਕਸ਼ਮਣ ਉਤੇਕਰ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ। ਫਿਲਮ ਖਾਸ ਤੌਰ 'ਤੇ ਤੁਹਾਨੂੰ ਦੱਸਿਆ ਕਿ ਧਰਮਿੰਦਰ ਨੇਗੇ ਇਸ ਫਿਲਮ ਦੇ ਵਿੱਚ, ਔਰ ਉਹਨਾਂ ਨੇ ਆਪਣਾ ਨਾਮ ਵੀ ਬਦਲਿਆ, ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀਗੀ ਕਿ ਇੰਡਸਟਰੀ ਦੇ ਵਿੱਚ ਆਉਣ ਤੋਂ ਬਾਅਦ ਆਪਣਾ ਨਾਮ ਉਹਨਾਂ ਨੇ ਬਦਲਿਆ। ਸਪੈਸ਼ਲ ਥੈਂਕਸ ਉਹਨਾਂ ਦਾ ਦੂਜੇ ਨਾਮ ਦੇ ਨਾਲ ਕੀਤਾ ਗਿਆ। ਮੂਵੀ ਐਮਾਜ਼ਨ ਪ੍ਰਾਈਮ 'ਤੇ, ਫਿਰ ਦੋਸਤੋ ਕਿ ਜਿਹੜੇ ਲੋਕ ਥੀਏਟਰ ਨਹੀਂ ਜਾਣਗੇ, ਜਿਨ੍ਹਾਂ ਨੂੰ ਵੇਟ ਹੈਗੀ ਕਿ ਕਦੋਂ ਇਹ ਫਿਲਮ ਆਵੇ, ਤਾਂ ਫਿਲਹਾਲ ਤਾਂ ਜੀ 2 ਮਹੀਨੇ ਲੱਗ ਜਾਣਗੇ। 2 ਮਹੀਨਿਆਂ ਬਾਅਦ ਤੁਸੀਂ ਐਮਾਜ਼ਨ ਪ੍ਰਾਈਮ 'ਤੇ ਫਿਲਮ ਦੇਖੋਗੇ। ਤਾਂ ਫਿਲਹਾਲ ਤਾਂ ਅਜੇ ਫਿਲਮ ਰਿਲੀਜ਼ ਹੋਈ ਹੈ, ਮੇਰੇ ਖਿਆਲ ਦੇ ਵਿੱਚ ਜਿੰਨੇ ਕਪਲ ਸੀ ਉਹਨਾਂ ਨੂੰ ਜਾ ਕੇ ਜ਼ਰੂਰ ਵੇਖਣੀ ਚਾਹੀਦੀ, ਅਤੇ ਕਹਾਣੀ ਸਮਝਣੀ ਚਾਹੀਦੀ ਹੈ ਕਿ ਹੈ ਕੀ ਹੈ, ਕਿਉਂਕਿ ਬੜਾ ਇੰਟਰਸਟਿੰਗ ਹੈ ਜਦੋਂ ਲੱਗਦਾ ਕਿ ਜਦੋਂ ਉਹ ਅਜੀਬ ਅਜੀਬ ਹਰਕਤਾਂ ਕਰਦੀ ਹੈ ਕ੍ਰਿਤੀ ਸੈਨਨ, ਕਿਉਂਕਿ ਇੱਕ ਰੋਬੋਟ ਹੁੰਦੀ ਹੈ, ਅਤੇ ਰੋਬੋਟ ਨੂੰ ਜਿੱਦਾਂ ਤੁਸੀਂ ਗਾਈਡਲਾਈਨ ਕਰਦੇ ਹੋ, ਕੁਛ ਕਹਿੰਦੇ ਹੋ, ਤਾਂ ਰੋਬੋਟ ਉਸ ਤਰੀਕੇ ਦੇ ਨਾਲ ਗੱਲ ਕਰਦਾ ਜਿਵੇਂ ਏ ਆਈ ਕਰਦੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਏ ਆਈ ਦਾ ਜ਼ਮਾਨਾ ਬਹੁਤ ਜ਼ਿਆਦਾ ਹੈ, ਬਸ ਰੋਬੋਟ ਸਭ ਕੁਛ ਕਰ ਸਕਦੇ ਨੇ, ਸਾਰੇ ਕੰਮ ਕਰ ਸਕਦੇ ਨੇ, ਬਸ ਇੱਕ ਮਹਿਸੂਸ ਨਹੀਂ ਕਰ ਸਕਦੇ, ਫੀਲ ਨਹੀਂ ਕਰ ਸਕਦੇ। ਤਾਂ ਕਿਤੇ ਨਾ ਕਿਤੇ ਐਕਸਪੈਰੀਮੈਂਟ ਕਰਦੇ ਹੋਏ ਦਿਖਾਏ ਨੇਗੇ ਸ਼ਾਹਿਦ ਕਪੂਰ ਇਸ ਫਿਲਮ ਦੇ ਵਿੱਚ। ਤਾਂ ਇਹ ਫਿਲਮ ਤੁਸੀਂ ਥੀਏਟਰ ਦੇ ਵਿੱਚ ਨਹੀਂ ਦੇਖੀ ਤਾਂ ਜ਼ਰੂਰ ਦੇਖੋ, ਜੇਕਰ ਦੇਖ ਕੇ ਆਏ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਡਿਟੇਲ ਸਾਂਝੀ ਕਰਕੇ ਜਾਣਕਾਰੀ ਦੇ ਵਿੱਚ ਜ਼ਰੂਰ ਵਾਧਾ ਕਰੋ। ਇਸੇ ਤਰ੍ਹਾਂ ਦੇ ਰਿਵਿਊਜ਼, ਬਹੁਤ ਸੋਹਣੀਆਂ ਸੋਹਣੀਆਂ ਖਬਰਾਂ ਬਾਲੀਵੁੱਡ ਦੀਆਂ, ਪਾਲੀਵੁੱਡ ਦੀਆਂ, ਟਾਲੀਵੁੱਡ ਦੀਆਂ, ਜਿੰਨੀਆਂ ਵੀ ਹੈਗੀਆਂ ਲੈ ਕੇ ਮਿਲਦੇ ਰਹਾਂਗੇ। ਜੁੜੇ ਰਹੋ ਸਾਡੇ ਨਾਲ, ਵੇਖਦੇ ਰਹੋ ਕਿਹੜੀ ਰੂਟ। ਮੈਨੂੰ ਨੂਰ ਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ।